ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਅੱਜ ਅਸੀਂ ਪੰਜਾਬੀ ਮੂਵੀ ਨੀਡਰ ਇਸ ਮੂਵੀ ਦੀ ਕਨਫਰਮ OTT ਰਿਲੀਜ਼ ਡੇਟ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਨੂੰ ਪੂਰਾ ਵੇਖਿਓ। ਪਿਛਲੇ ਸਾਲ 12 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਨੀਡਰ। ਇਸ ਮੂਵੀ ਦੇ ਵਿੱਚ ਮੁਕੇਸ਼ ਰਿਸ਼ੀ, ਰਾਘਵ ਰਿਸ਼ੀ, ਕੁਲਨੂਰ ਬਰਾੜ, ਮਹਾਵੀਰ ਭੁੱਲਰ, ਵਿਕਰਮਜੀਤ ਵਿਰਕ, ਸੁਰਿੰਦਰ ਮਹਿਲ, ਮਿੰਟੂ ਕਾਪਾ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ। ਇਸ ਮੂਵੀ ਨੂੰ ਮਾਰੂਖ ਮਿਰਜ਼ਾ ਬੈਗ ਵੱਲੋਂ ਲਿਖਿਆ ਗਿਆ ਹੈ, ਮਨਦੀਪ ਚਹਿਲ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਖੁਦ ਮੁਕੇਸ਼ ਰਿਸ਼ੀ ਨੇ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਹੈ। ਜੇ ਗੱਲ ਕਰੀਏ ਇਸ ਮੂਵੀ ਦੀ ਕਹਾਣੀ ਬਾਰੇ ਤਾਂ ਕਹਾਣੀ ਬਹੁਤ ਸ਼ਾਨਦਾਰ ਹੈ। ਇਹ ਐਕਸ਼ਨ ਥ੍ਰਿਲਰ ਮੂਵੀ ਆ, ਪੂਰੀ ਦੇਸ਼ ਭਾਵਨਾ ਵਾਂਗ ਫਿਲਮ ਬਣਾਈ ਗਈ ਆ। ਜੇ ਗੱਲ ਕਰੀਏ ਇਸ ਮੂਵੀ ਦੇ ਬਾਰੇ, ਇਸ ਮੂਵੀ ਦੇ ਰਾਹੀਂ ਮੁਕੇਸ਼ ਰਿਸ਼ੀ ਦਾ ਲੜਕਾ ਰਾਘਵ ਰਿਸ਼ੀ, ਇਹਨੇ ਫਿਲਮੀ ਸਫ਼ਰ ਦਾ ਡੈਬਿਊ ਕੀਤਾ ਸੀ ਅਤੇ ਫਿਲਮ ਬਹੁਤ ਵਧੀਆ ਹੈ, ਇੱਕ ਜ਼ਰੂਰ ਦੇਖਣੀ ਬਣਦੀ ਹੈ ਸਿਨੇਮਾ ਘਰਾਂ ਵਿੱਚ। ਇੰਨਾ ਟਾਈਮ ਨਿਕਲਣ ਤੋਂ ਬਾਅਦ ਹੁਣ ਇਹ ਮੂਵੀ OTT 'ਤੇ ਆਉਣ ਨੂੰ ਤਿਆਰ ਹੈ। ਇਸ ਮੂਵੀ ਦੇ OTT ਰਾਈਟ ਚੌਪਾਲ ਦੇ ਕੋਲ ਨੇ ਅਤੇ ਚੌਪਾਲ ਨੇ ਇਸ ਮੂਵੀ ਦੀ OTT ਰਿਲੀਜ਼ ਕਨਫਰਮ ਕਰਤੀ ਹੈ। ਇਹ ਮੂਵੀ ਸਾਨੂੰ 12 ਸਤੰਬਰ ਨੂੰ ਚੌਪਾਲ 'ਤੇ ਦੇਖਣ ਮਿਲੂਗੀ, ਇਹ ਕਨਫਰਮ ਹੋ ਗਿਆ ਹੈ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।